ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਦੀਆਂ ਨਵੀਆਂ ਖਬਰਾਂ ਦੇ ਵਿੱਚ ਆਓ ਪੰਜਾਬ ਦੀ ਇੱਕ ਹੋਰ ਨਵੀਂ ਖਬਰ ਬਾਰੇ ਗੱਲ ਕਰਦੇ ਹਾਂ ਬੀਤੇ ਦਿਨੀ ਇੱਕ ਐਸੀ ਘਟਨਾ ਵਾਪਰੀ ਜਿਸ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਪੁਚਾਲਾ ਆ ਗਿਆ ਜੀ ਹਾਂ ਦੋਸਤੋ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਮਰਿੰਦਰ ਸਿੰਘ ਦੇ ਚੱਲ ਰਹੇ ਝਗੜੇ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਇੰਟਰਵਿਊ ਦੇ ਵਿੱਚ ਧੱਜੀਆਂ ਉਡਾ ਦਿੱਤੀਆਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਹੀਂ ਬਖਸ਼ਿਆ ਹਾਈ ਕਮਾਂਡ ਦਿੱਲੀ ਕਾਂਗਰਸ ਦੇ ਸਖਤ ਆਦੇਸ਼ ਸਨ ਕਿ ਕੋਈ ਵੀ ਕਾਂਗਰਸੀ ਲੀਡਰ ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਨਹੀਂ ਕਰੇਗਾ ਪਰ ਇਸ ਦੇ ਬਾਵਜੂਦ ਵੀ ਨਵਿਓ ਸਿੰਘ ਸੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਧੱਜੀਆਂ ਉੜਾ ਦਿੱਤੀਆਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਇੰਨੇ-ਇੰਨੇ ਵੱਡੀਆਂ ਗੱਲਾਂ ਇੰਨੇ ਵੱਡੇ-ਵੱਡੇ ਬਿਆਨ ਦਿੱਤੇ ਜਿਸ ਤੋਂ ਬਾਅਦ ਲੱਗ ਰਿਹਾ ਹੈ ਕਿ ਸ਼ਾਇਦ ਨਵਿਓ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦਾ ਮੇਲ ਮਿਲਾਪ ਕਦੇ ਵੀ ਨਹੀਂ ਹੋ ਸਕਦਾ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੀ ਪੰਜਾਬ ਦਾ ਭਲਾ ਨਹੀਂ ਹੋਣ ਦਿੱਤਾ ਬੇਸ਼ੱਕ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਨਹੀਂ ਲਿਆ ਪਰ ਸਿਸਟਮ ਕਹਿ ਕੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਨ ਕੀਤਾ ਸਿੱਧੂ ਨੇ ਕਹਿ ਕੇ ਪੰਜਾਬ ਦਾ ਸਿਸਟਮ ਹੀ ਖਰਾਬ ਹੈ ਸਿਸਟਮ ਹੀ ਪੰਜਾਬ ਨੂੰ ਅੱਗੇ ਵਧਣ ਨਹੀਂ ਦਿੰਦਾ ਰਿਪੋਰਟਰ ਨੇ ਪੁੱਛਿਆ ਕਿ ਸਿਸਟਮ ਕੌਣ ਹੈ ਕਿ ਦਿੱਲੀ ਵਿੱਚ ਬੈਠੇ ਹਾਕਮ ਕਿ ਜਾਂ ਫਿਰ ਕੋਈ ਹੋਰ ਨਵਜੋਸ਼ ਸਿੰਘ ਸਿੱਧੂ ਨੇ ਕਹਿ ਕੇ ਦਿੱਲੀ ਵਿੱਚ ਬੈਠੇ ਹਾਕਮ ਸਿਸਟਮ ਨਹੀਂ ਹਨ ਪਰ ਪੰਜਾਬ ਦੇ ਹਾਕਮ ਜਰੂਰ ਸਿਸਟਮ ਹਨ ਉਹਨਾਂ ਨੇ ਇਸ਼ਾਰਿਆਂ ਇਸ਼ਾਰਿਆਂ ਦੇ ਵਿੱਚ ਕਿਹਾ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਇਸ ਵੇਲੇ ਪੰਜਾਬ ਦਾ ਸਿਸਟਮ ਕੌਣ ਚਲਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਜੇ ਤੱਕ ਬੇਦਬੀ ਮਾਮਲੇ ਤੇ ਵੀ ਇਸੇ ਕਰਕੇ ਕੋਈ ਵੀ ਕਾਰਵਾਈ ਨਹੀਂ ਹੋਈ ਕਿਉਂਕਿ ਇਹਨਾਂ ਨੇ ਆਪਣੀਆਂ ਵਾਰੀਆਂ ਬੰਨ੍ਹੀਆਂ ਹੋਈਆਂ ਹਨ ਕਿ ਪੰਜ ਸਾਲ ਤੂੰ ਰਾਜ ਕਰ ਤੇ ਪੰਜ ਸਾਲ ਮੈਂ ਰਾਜ ਕਰਾਂਗਾ ਇਸ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਕਰੇਗਾ ਨਾਲੇ ਨਵੀਅੋਸਿੰਗ ਸਿੱਧੂ ਨੇ ਕਿਹਾ ਕਿ ਮੈਂ ਹਾਈ ਕਮਾਂਡ ਨੂੰ ਵੀ ਪੰਜਾਬ ਦੇ ਕਈ ਮੁੱਦਿਆਂ ਤੇ ਮਿਲਿਆ ਹਾਂ ਉਹ ਬੜੇ ਨੇਕ ਅਤੇ ਖਾਨਦਾਨੀ ਲੋਕ ਹਨ ਉਹ ਕਹਿੰਦੇ ਪੰਜਾਬ ਲਈ ਜੋ ਵੀ ਕਰਨਾ ਹੈ ਕਰੋ ਪਰ ਇਹ ਸਭ ਸਿਸਟਮ ਵਿੱਚ ਰਹਿ ਕੇ ਹੀ ਕੀਤਾ ਜਾ ਸਕਦਾ ਹੈ ਮੈਂ ਕਿਹਾ ਠੀਕ ਹੈ 2017 ਵਿੱਚ ਮੈਂ ਕਿਹਾ ਇਲੈਕਸ਼ਨ ਪੰਜਾਂ ਦਿਨਾਂ ਵਿੱਚ ਖਤਮ ਕਰ ਦੇਵਾਂਗਾ ਤੁਸੀਂ ਦੇਖਿਆ ਹੋਵੇਗਾ ਮੇਰੀ ਲਾਲ ਪੱਗ ਵਾਲੀ ਪ੍ਰੈਸ ਕਾਨਫਰੰਸ ਤੁਸੀਂ ਵੇਖੀ ਹੀ ਹੋਵੇਗੀ ਜੋ YouTube ਸਮੇਤ ਹਰ ਥਾਂ ਤੇ ਮਿਲ ਜਾਂਦੀ ਹੈ ਮੈਂ ਕੈਬਨਿਟ ਦੀ ਪਹਿਲੀ ਮੀਟਿੰਗ ਵਿੱਚ ਹੀ ਪੰਜਾਬੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਕੈਬਨਿਟ ਮੀਟਿੰਗ ਵਿੱਚ ਮੈਂ ਸ਼ਰਾਬ ਪਾਲਸੀ ਨੂੰ ਬਦਲਣ ਦਾ ਪ੍ਰਸਤਾਵ ਰੱਖਿਆ ਮੈਂ ਕਿਹਾ ਸ਼ਰਾਬ ਦੇ ਹੱਕ ਵਿੱਚ ਨਹੀਂ ਹਾਂ ਪਰ ਜੇਕਰ ਸ਼ਰਾਬ ਵਿਕਣੀ ਹੈ ਤਾਂ ਸਾਰਾ ਪੈਸਾ ਸਰਕਾਰ ਦੇ ਖਜ਼ਾਨੇ ਵਿੱਚ ਆਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਨੂੰ ਇਸ ਪੈਸੇ ਦਾ ਸਵਾਦ ਜਾਂ ਫਾਇਦਾ ਮਿਲ ਸਕੇ ਮੈਂ ਕਿਹਾ ਤੁਸੀਂ 2002 ਵਿੱਚ ਤਾਮਿਲਨਾਡੂ ਨਾਲ 2.5 ਹਜ਼ਾਰ ਕਰੋੜ ਵਿੱਚ ਪਾਲਿਸੀ ਸ਼ੁਰੂ ਕੀ ਤੀਜੀ ਅੱਜ ਤਾਮਿਲਨਾਡੂ 35000 ਕਰੋੜ ਰੁਪਇਆ ਕਮਾਉਂਦਾ ਹੈ ਉਹ ਵੀ 15% ਦੀ ਸਾਲਾਨਾ ਵਾਧੇ ਨਾਲ ਅਤੇ 40000 ਬੰਦਿਆਂ ਨੂੰ ਸਰਕਾਰੀ ਨੌਕਰੀ ਦਿੰਦਾ ਹੈ ਪਰ ਤੁਸੀਂ ਉਹੀ 200 300 ਕਰੋੜ ਦੀਆਂ ਗੱਲਾਂ ਹੀ ਕਰੀ ਜਾਂਦੇ ਹੋ ਸਾਰਾ ਪੈਸਾ ਜਾ ਕਿੱਥੇ ਰਿਹਾ ਹੈ ਰਿਪੋਰਟਰ ਨੇ ਪੁੱਛਿਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਤੁਹਾਡੇ ਖਿਲਾਫ ਫਾਈਲਾਂ ਖੋਲ੍ਹ ਕੇ ਤੁਹਾਡੇ ਖਿਲਾਫ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਰਵਾਈ ਕਿਉਂ ਅੱਗੇ ਨਹੀਂ ਵਧੀ ਤਾਂ ਸਿੱਧੂ ਨੇ ਜਵਾਬ ਦਿੱਤਾ ਕਿ ਮੈਂ ਤਾਂ ਕੈਪਟਨ ਸਾਹਿਬ ਨੂੰ ਕਿਹਾ ਸੀ ਕਿ ਮੋਸਟ ਵੈਲਕਮ ਜੋ ਕਰਨਾ ਆ ਜਾ ਕਰਕੇ ਵਿਖਾ ਪਰ ਉਹੀ ਕੁਝ ਕਰ ਨਹੀਂ ਸਕੇ ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਹੋਰ ਵੀ ਕੈਪਟਨ ਮਰਿੰਦਰ ਸਿੰਘ ਦੇ ਬਾਰੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਤੇ ਉਹਨਾਂ ਦੀਆਂ ਵੱਖੀਆਂ ਉਧੇੜ ਦਿਤੀਆਂ ਜਿਸ ਤੋਂ ਲੱਗਦਾ ਹੈ ਕਿ ਸ਼ਾਇਦ ਇਹਨਾਂ ਦੋਨਾਂ ਦਾ ਮੇਲ ਮਲਾਪ ਕਦੀ ਵੀ ਨਹੀਂ ਹੋ ਸਕਦਾ ਤੁਹਾਨੂੰ ਸਭ ਨੂੰ ਦੱਸੋ ਕੀ ਲੱਗਦਾ ਹੈ ਕਿ ਕੈਪਟਨ ਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਕਦੇ ਇਕੱਠੇ ਰਲ ਕੇ ਪਾਰਟੀ ਦੇ ਵਿੱਚ ਬੈਠ ਸਕਦੇ ਹਨ ਜਾਂ ਫਿਰ ਨਹੀਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਣਾ ਸਾਡੇ ਚੈਨਲ ਤੇ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰ ਦੇਣਾ ਧੰਨਵਾਦ ਜੀ